ਸਰ ਕੀ ਮਾਮਲਾ ਸੀ? ਇਹ ਪਿਛਲੇ 15 ਦਿਨ ਤੋਂ 2 ਹਫ਼ਤੇ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਡਰੱਗਸ ਦੇ ਅਗੇਂਸਟ, ਜਿਹਦੇ 'ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈੱਲ ਵਾਲਿਆਂ ਨੂੰ, ਸਾਡੀ ਕਮਿਸ਼ਨਰੇਟ ਪੁਲਿਸ ਦੇ ADCP ਅਤੇ ACP ਇਨਵੈਸਟੀਗੇਸ਼ਨ ਸੁਪਰਵਾਈਜ਼ ਕਰ ਰਹੇ ਸੀਗੇ, ਅਤੇ ਟੋਟਲ 9 ਬੰਦੇ ਗ੍ਰਿਫਤਾਰ ਕੀਤੇ ਗਏ। ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ, 6 ਜਿਹੜੇ ਹੈ ਉਹ ਅੰਮ੍ਰਿਤਸਰ ਤੋਂ, 2 ਜਲੰਧਰ ਦੇ। ਇਹਨਾਂ ਦੇ ਪੁਜੀਸ਼ਨ ਤੋਂ ਵੱਖ ਵੱਖ ਟਾਈਮ ਵੱਖ ਵੱਖ ਪਲੇਸਿਸ ਤੋਂ 1,11,000 ਨਸ਼ੀਲੀ ਗੋਲੀਆਂ ਮੇਜਰਲੀ ਟ੍ਰਾਮਾਡੋਲ ਉਹ ਬਰਾਮਦ ਹੋਈਆਂ, ਓਪੀਅਮ 3.5 ਕਿਲੋ ਓਪੀਅਮ ਅਫੀਮ ਬਰਾਮਦ ਹੋਈ ਹੈ, ਅਤੇ 1 ਦੇ ਕੋਲ ਕੰਟਰੀਮੇਟ ਵੈਪਨ ਵੀ ਬਰਾਮਦ ਹੋਇਆ। ਇਹ ਵੱਡਾ ਗਿਰੋਹ ਸੀਗਾ। ਮੋਡਸ ਓਪਰੈਂਡੀ ਇਹ ਹੈ ਕਿ ਕੁਛ ਸ਼ਹਿਰਾਂ 'ਚ ਜਿਵੇਂ ਆਗਰਾ, ਮੁਰਾਦਾਬਾਦ, ਮੁਜ਼ੱਫਰਨਗਰ, ਜਿੱਥੇ ਜਿਨ੍ਹਾਂ ਗਲੀਆਂ 'ਚ, ਮੁਹੱਲਿਆਂ 'ਚ, ਬਾਜ਼ਾਰਾਂ 'ਚ ਕਾਫੀ ਸੰਖਿਆ 'ਚ ਕੈਮਿਸਟ ਦੀ ਦੁਕਾਨਾਂ ਸੀਗੀਆਂ, ਉਹਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਡਾਇਵਰਟ ਕਰਦੇ ਸੀਗੇ, ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ, ਰੋਜ਼ ਜਾਂ 1 ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅੰਮ੍ਰਿਤਸਰ ਹੁੰਦੀ ਸੀਗੀ, ਅਤੇ ਉੱਥੇ ਅੱਗੇ ਇਹ ਪਰਚੂਨ ਦੇ ਹਿਸਾਬ ਨਾਲ ਇਹ ਵੇਚੀ ਜਾਂਦਾ ਸੀ। ਅਤੇ ਵਿਕਰਮ ਕਰਕੇ ਇੱਕ ਮੇਨ ਇਹਨਾਂ ਦਾ ਜਿਹੜਾ ਬੰਦਾ ਹੈ ਉਹ ਅੰਮ੍ਰਿਤਸਰ ਤੋਂ ਆਪਾਂ ਗ੍ਰਿਫਤਾਰ ਕੀਤਾ। ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਆ ਵੀ ਆਇਆ ਕਿ ਇਹਨਾਂ ਨੇ ਕੋਰੀਅਰ ਰਾਹੀਂ ਫੌਰਨ ਵੀ ਕੁਛ ਡਰੱਗਸ ਨੂੰ ਡਾਇਵਰਟ ਕੀਤਾ ਗਿਆ। ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ ਓਰੀਜਨ ਹੈ, ਜਿਹੜੀ ਮੈਨੂਫੈਕਚਰਿੰਗ ਹੈ, ਉਹ ਗੁਜਰਾਤ ਦੀ ਹੈ। ਉਹ ਵੀ ਆਪਾਂ ਵੈਰੀਫਾਈ ਕਰਾ ਰਹੇ ਕੰਸਰਨ ਅਥਾਰਟੀਜ਼ ਨੂੰ ਭੇਜ ਕੇ ਕਿ ਉੱਥੇ ਜਿਹੜੀ ਜਿਨ ਫੈਕਟਰੀਆਂ 'ਚ ਇਹ ਬਣ ਰਹੀ ਹੈ, ਕਿਆ ਉਹ ਲੀਗਲ ਬਣ ਰਹੀ ਹੈ, ਇਲੀਗਲ ਬਣ ਰਹੀ ਹੈ। ਬਾਕੀ ਜਿਹੜੇ ਹੋਲਸੇਲਰ ਸੀਗੇ, ਜਿਹੜੇ ਇਨ 3 ਸ਼ਹਿਰ UP ਦੇ ਸ਼ਹਿਰ ਦੇ ਜਿਹੜੇ ਹੋਲਸੇਲਰਸ ਜਿਹੜੇ ਡਾਇਵਰਟ ਕਰ ਰਹੇ ਸੀਗੇ ਇਲੀਗਲ ਟ੍ਰੇਡ ਲਈ, ਉਹਨਾਂ ਨੂੰ ਵੀ ਆਪਾਂ ਨੋਮੀਨੇਟ ਕਰ ਲਿਆ, ਆਈਡੈਂਟੀਫਾਈ ਹੋ ਗਏ, ਨੋਮੀਨੇਟਡ ਹੈ ਕੇਸ 'ਚ।